हाँ जी मैं चंडीगढ़ से बात कर रही हूँ जी हाँ जी सर मैंने यूके के बारे में पूछना था जी हाँ जी, तो जी, जी हां जी हाँ जी मेरे फॉन्न से एक्चुअली यूके का वीजा आ चुका है जैनिंग डे के लिए ना जी तो हाँ जी मुझे भी अप्लाई करना था पर अभी तक मेरी शादी हुई नहीं है तो मुझे बस ये जानना है कि शादी करके वो अब्रॉड जाए या फिर वहाँ पे पढ़ के आए फिर बीच में आके शादी करें ਸੰਦੂ ਸਾਹਿਬ ਇੱਕ ਨਾ ਬਹੁਤ ਵਧੀਆ ਗੱਲ ਹੈ ਨਾ ਤੁਸੀਂ ਆਨਸਰ ਸੁਣੋ ਜੀ ਆਪਣਾ ਇੱਕ ਨਾ ਬਹੁਤ ਹੀ ਬਹੁਤ ਹੀ ਸੋਨਾ ਕੁਐਸਚਨ ਹੈ ਸ਼ਾਇਦ ਅਗਰ ਇਹ ਬੱਚਾ ਨਹੀਂ ਕਰਦਾ ਕੁਐਸਚਨ ਤੇ ਸਾਨੂੰ ਸਮਝ ਵੀ ਨਹੀਂ ਆਉਂਦਾ ਮੈਂ ਦੱਸ ਵੀ ਨਾ ਪਾਉਂਦਾ ਸੋ ਇਸ ਲਈ ਕਹਿੰਦੇ ਆ ਤੁਸੀਂ ਕਾਲ ਕਰਿਆ ਕਰੋ ਬਹੁਤ ساری ਇਨਫੋਰਮੇਸ਼ਨਸ ਬਾਕੀ ਲੋਕਾਂ ਨੂੰ ਵੀ ਮਿਲ ਜਾਂਦੀ ਹੈ ਜਿਆਦਾ ਤੋਂ ਜਿਆਦਾ ਸਾਨੂੰ ਕਾਲ ਕਰਕੇ ਆਪਣੇ ਕੁਐਸਚਨ ਪੁੱਛਿਆ ਕਰੋ ਸੋ ਇਹ ਆ ਕਿ ਉਹਦਾ ਬਾਕੀਆਂ ਨੂੰ ਫਾਇਦਾ ਹੁੰਦਾ ਹੁਣ ਦੇਖੋ ਕੁਐਸਚਨ ਕੀ ਆ ਕਿ ਸ਼ਾਦੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀਤੀ ਜਾਵੇ ਕਿ ਬਾਅਦ ਵਿੱਚ ਕੀਤੀ ਜਾਵੇ ਜਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ ਇਹ ਟਾਈਮ ਮਿਸ ਮੈਨੇਜਮੈਂਟ ਦੀਆਂ ਆਉਂਦੀਆਂ ਨੇ ਬੱਚੇ ਅਪਲਾਈ ਕਰ ਦਿੰਦੇ ਆ ਪਹਿਲਾਂ ਸੋ ਜਦੋਂ ਵੀਜ਼ਾ ਅਪਲਾਈ ਕਰ ਦਿੰਦੇ ਆ ਹੁਣ ਹੋ ਕੀ ਰਿਹਾ ਜਿਹੜੀ ਤਾਂ ਕੰਟਰੈਕਟ ਮੈਰਿਜ ਆ ਲੜਕੇ ਜਿਹੜੀ ਤਾਂ ਅਸਲੀ ਸ਼ਾਦੀ ਆ ਚਲੋ ਜ ਤੱਕ ਕੋਈ ਪ੍ਰੋਬਲਮ ਨਹੀਂ ਆ ਕੰਟਰੈਕਟ ਮੈਰਿਜ ਦੇ ਵਿੱਚ ਕੀ ਹੁੰਦਾ ਕਿ ਲੜਕੀ ਲੜਕੇ ਵਾਲੇ ਕਹਿੰਦੇ ਆ ਕਿ ਪਹਿਲਾਂ ਅਸੀਂ ਮੈਰਿਜ ਕਰਾਂਗੇ ਗੁਰਦੁਆਰੇ ਜਾ ਕੇ ਪ੍ਰੋਮਿਸ ਹੋ ਅਸੀਂ ਨਹੀਂ ਕਰਾਂਗੇ ਪਹਿਲਾਂ ਮੈਰਿਜ ਕਰਾਂਗੇ ਪਰ ਬੱਚੀ ਦਾ ਅਪਲਾਈ ਕਲੀ ਦਾ ਕਰਾਂਗੇ ਜਦੋਂ ਆ ਜਾਂਦੀ ਆ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਅਸੀਂ ਕੋਰਟ ਮੈਰਿਜ ਕਰ ਦਾਂਗੇ ਮਤਲਬ ਉਸ ਇਸ ਡੇਟ ਨੂੰ ਹੋਈ ਆ ਬਟ ਗੁਰੂ ਸਾਹਿਬ ਦੇ ਹਜੂਰੀ ਦੇ ਵਿੱਚ ਪਹਿਲਾਂ ਹੋ ਗਈ ਕਿਉਂਕਿ ਮੁੱਕਰ ਨਾ ਜਾਵੇ ਕੋਈ ਨਾ ਕੋਈ ਵੀਜ਼ਾ ਆਉਣ ਤੋਂ ਬਾਅਦ ਬਹੁਤ ਕੁਝ ਹੋ ਗਿਆ ਬਹੁਤ ਕੁਝ ਚੱਲ ਰਿਹਾ ਇਹਦੇ ਵਿੱਚ ਹੁਣ ਪ੍ਰੋਬਲਮ ਕਿੱਥੇ ਫਸਦੀ ਆ ਅੱਜ ਬੱਚੀ ਆ ਉਹ ਲਿਖਦੀ ਆ ਆਪਣਾ ਸਟੇਟਸ ਸਿੰਗਲ ਤੇ ਵੀਜ਼ਾ ਆਉਂਦੇ ਹੀ ਦਸਾ ਦਿਨਾਂ ਦੇ ਵਿੱਚ ਮੈਰਿਜ ਵੀ ਹੋ ਜਾਂਦੀ ਆ ਹਫਤੇ ਦੇ ਵਿੱਚ ਵਿਆਹ ਵੀ ਹੋ ਜਾਂਦਾ ਜਿਹੜਾ ਸੋ ਅੱਜ ਹੁਣ ਕੈਨੇਡਾ ਦੇ ਵਿੱਚ ਇੱਕ ਜਿਹੜਾ ਨਵਾਂ ਸਿਸਟਮ ਬਣ ਰਿਹਾ ਜਿਹੜਾ ਰੂਲ ਬਣ ਰਿਹਾ ਉਹ ਵੀ ਬਣ ਨਹੀਂ ਰਿਹਾ ਬਣਵਾ ਰਹੇ ਆ ਅਸੀਂ ਕਿਉਂਕਿ ਅਸੀਂ ਅੱਤ ਕਰਦੇ ਆ ਅੱਤ ਅਸੀਂ ਪੰਜਾਬੀ ਨਾ ਅੱਤ ਕਰਾਉਂਦੇ ਆ ਹਰ ਇੱਕ ਕੰਮ ਦੀ ਔਰ ਉਹਨੂੰ ਬੰਦ ਕਰਵਾ ਕੇ ਛੱਡਦੇ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਔਰ ਆਉਣ ਵਾਲੇ ਜੈਨੂਅਨ ਲੋਕਾਂ ਲਈ ਵੀ ਉਹ ਫੈਸਿਲਿਟੀ ਨੂੰ ਅਸੀਂ ਬੰਦ ਕਰਵਾਉਂਦੇ ਆ ਰਸਤੇ ਬੰਦ ਕਰਵਾ ਦਿੰਦੇ ਆ ਬੰਦ ਕਰਵਾਉਂਦੇ ਆ ਸੋ ਹੁਣ ਜਿਹੜਾ ਵਿਆਹ ਆਲਾ ਇਹਦੇ ਤੇ ਬਕਾਇਦਾ ਉਧਰ ਹੁਣ ਕਮੇਟੀਆਂ ਬਕਾਇਦਾ ਇਨਵੈਸਟੀਗੇਸ਼ਨ ਹੋਊਗੀ ਕਿਹੜੇ ਕਿਹੜੇ ਬੱਚੇ ਨੇ ਜਿਹੜੇ ਵਿਆਹ ਕਰਾ ਕੇ ਆਏ ਨੇ ਵਿਆਹ ਕਰਾ ਕੇ ਆਉਣ ਤੋਂ ਬਾਅਦ ਪੜਦੇ ਨਹੀਂ ਹੈਗੇ ਇਕੱਠੇ ਰਹਿ ਰਹੇ ਨੇ ਇਕੱਠੇ ਨਹੀਂ ਰਹਿ ਰਹੇ ਉਹ ਆ ਕੀ ਉਹਦਾ ਪੂਰਾ ਸਿਸਟਮ ਉਹਨਾਂ ਦਾ ਜਿਹੜਾ ਸਕਰੀਨਿੰਗ ਹੋਊਗੀ ਸਕਰੂਟਨਿੰਗ ਹੋਊਗੀ ਉਦੋਂ ਬਾਅਦ ਜਾ ਕੇ ਕਿਤੇ ਫਿਰ ਜਿਹੜਾ ਸਪਾਊਸ ਨੂੰ ਪੱਕੇ ਕਰਨ ਵਾਲਾ ਪੀਆਰ ਪਰਮਨੈਂਟ ਰੈਜ਼ੀਡੈਂਸੀ ਵਾਲਾ ਜਾਂ ਸਿਟੀਜ਼ਨਸ਼ਿਪ ਵਾਲਾ ਉਹ ਬਾਅਦ ਕੁਝ ਦੇਖਿਆ ਜਾਊਗਾ ਹੁਣ ਜਿਹੜੇ ਪੁਰਾਣੀਆਂ ਮੈਰਿਜਸ ਹੋਈਆਂ ਉਹਨਾਂ ਦਾ ਬੈਕ ਐਂਡ ਦੇਖਿਆ ਜਾਊਗਾ ਅੱਜ ਵੀ ਐਮਬੈਸੀ ਦੇ ਵਿੱਚ ਇਹ ਪ੍ਰੋਬਲਮ ਆ ਕੀ ਆ ਵੀਜ਼ਾ ਅਪਲਾਈ ਕਰਨ ਵੇਲੇ ਦੇਖੋ ਹੋਰ ਵੀ ਇੱਕ ਇਸ ਤੋਂ ਵੀ ਖਤਰਨਾਕ ਕੰਮ ਕੀ ਹੁੰਦਾ ਰਕੀ ਜੀ ਜੀ ਅੱਜ ਮੰਨ ਲਓ 5 ਤਰੀਕ ਆ 5 ਤਰੀਕ ਨੂੰ ਵੀਜ਼ਾ ਅਪਲਾਈ ਹੋ ਗਿਆ ਬਿਲਕੁਲ ਉਥੇ ਡੇਟ ਲਿਖੀ ਜਾਂਦੀ ਹੈ ਪ੍ਰੋਪਰ ਉਦੇ ਤੇ ਆ ਗਿਆ ਜਿਹੜਾ ਸਟੇਟਸ ਹੈਗਾ ਸਿੰਗਲ 5 ਤਰੀਕ ਨੂੰ 15 ਤਰੀਕ ਨੂੰ ਅੰਦਰ ਹੀ ਸੀਗਾ ਫਾਈਲ 15 ਤਰੀਕ ਨੂੰ 20 ਤਰੀਕ ਨੂੰ ਜਾਂ 15 20 ਦਿਨਾਂ ਬਾਅਦ ਮੈਰਿਜ ਹੋਗੀ ਹਮ ਮੈਰਿਜ ਹੋਣ ਦੇ ਹੋਰ ਮਹੀਨੇ ਬਾਅਦ ਵੀਜ਼ਾ ਆ ਗਿਆ ਹਮ ਹੁਣ ਵੀਜ਼ਾ ਸੀਗਾ ਸਿੰਗਲ ਦਾ ਜਦੋਂ ਅਪਲਾਈ ਕੀਤਾ ਸੀਗਾ ਉਦੋਂ ਸਿੰਗਲ ਸੀਗੇ ਇਹਦਾ ਮਤਲਬ ਜਦੋਂ ਵੀਜ਼ਾ ਬਾਹਰ ਆਇਆ ਇੰਨੇ ਟਾਈਮ 'ਚ ਸ਼ਾਦੀ ਹੋਗੀ ਸ਼ਾਦੀ ਹੋਗੀ ਹੁਣ ਅਪਡੇਟ ਤਾਂ ਗਈ ਨਹੀਂ ਐਮਬੈਸੀ ਨੂੰ ਵੀ ਅਸੀਂ ਵਿੱਚ ਵਿੱਚ ਅਪਲਾਈ ਵੀ ਕਰਤਾ ਸੀ ਹੁਣ ਬੱਚੀ ਕਰਕੇ ਫਲਾਏ ਚਲੇਗੀ ਕੈਨੇਡਾ ਬੱਚੇ ਦਾ ਬਾਅਦ ਵਿੱਚ ਅਸੀਂ ਅਪਲਾਈ ਕਰਦੇ ਆ ਉਹਨੂੰ ਪੁੱਛਦੇ ਆ ਡੇਟ ਆਫ ਮੈਰਿਜ ਕੀ ਹੈ ਜੀ ਡੇਟ ਆਫ ਮੈਰਿਜ ਵੀਜ਼ਾ ਅਪਲਾਈ ਕਰਨ ਅਤੇ ਵੀਜ਼ਾ ਦੇਣ ਦੇ ਵਿੱਚ ਦੀ ਆ ਜਾਂ ਵੀਜ਼ਾ ਅਪਲਾਈ ਜਦੋਂ ਵੀਜ਼ਾ ਆਇਆ ਉਹਦੇ 10 ਦਿਨਾਂ ਬਾਅਦ ਦੀ ਆ ਇਹੋ ਜੀਆਂ ਕਿੰਨੀਆਂ ਸਾਰੀਆਂ ਕੰਪਲਿਕੀਸ਼ਨ ਨੇ ਸੁਪਾਊਸ ਵੀਜ਼ਾ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹਰ ਕਿਸੇ ਦੇ ਕੱਪ ਆਫ ਟੀ ਨਹੀਂ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਹਰ ਕਿਸੇ ਦੇ ਦੇ ਹੱਥવાસ ਨਹੀਂ ਹੈਗਾ ਸਪਾਊਸ ਦੇ ਵਿੱਚ ਬਹੁਤ ਸਾਰੀਆਂ ਕੈਲਕੂਲੇਸ਼ਨਸ ਕਰਨੀਆਂ ਪੈਂਦੀਆਂ ਇੱਥੇ ਮਤਲਬ ਸਿਰਫ ਇੰਨਾ ਹੀ ਆ ਅਪਲਾਈ ਕਰਨ ਤੱਕ ਦਾ ਅਪਲਾਈ ਕਰਨ ਤੱਕ ਦਾ ਵੀਜ਼ਾ ਪੈਸੇ ਲੈ ਲੇ ਏਜੰਟ ਕੀ ਕਰ ਦਿਆ ਵਿਆਹ ਵਿਚੋਲੇ ਵੀ ਬਣ ਗਿਆ ਸਾਡੇ ਕੋਲ ਕੁੜੀ ਹੈਗੀ ਆ ਤੁਹਾਡੇ ਕੋਲ ਮੁੰਡਾ ਲਿਆਓ 25 ਲੱਖ ਰੁਪਏ ਲਵਾਂਗੇ ਕੁੜੀ ਦਾ ਵੀਜ਼ਾ ਲਵਾ ਦਾਂਗੇ ਮੁੰਡਾ ਗਿਆ ਖੂ ਖਾਤੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਪੈਸੇ ਸਾਡੇ ਅਕਾਊਂਟ ਚ ਆ ਗਏ ਫੇਰ ਮੁੰਡੇ ਵਾਲੇ ਏਜੰਟ ਦੇ ਦਫਤਰ ਦੇ ਵਿੱਚ ਮਾਰਦੇ ਆ ਜਾ ਕੇ ਚੱਕਰ ਮਾਰਦੇ ਆ ਕਿ ਸਾਡਾ ਮੁੰਡਾ ਨਹੀਂ ਜਾ ਰਿਹਾ then they said none of our business ਅਸੀਂ ਕੀ ਕਰੀਏ ਹੁਣ ਤੁਹਾਡੇ ਮੈਂ ਦੇਖਿਆ ਰਿਫਿਊਜ਼ ਲਾ ਨਹੀਂ ਕਈ ਕਈ ਮੈਨੂੰ ਲੋਕਾਂ ਨੇ ਆਡੀਓ ਸੁਣਾਈਆਂ ਏਜੈਂਟਾਂ ਦੀਆਂ ਉਹ ਇੱਕ ਦੋ ਲੜਕੀਆਂ ਨੇ ਇੱਕ ਦੋ ਬੰਦੇ ਨੇ ਕੰਮ ਕਰਦੇ ਨੇ ਉਹ ਅਪਲਾਈ ਔਰ ਰਿਪਲਾਈ ਪਤਾ ਕੀ ਕਰਦੇ ਆ ਨਾ ਠੇਕਾ ਲਿਆ ਹੁਣ ਤੁਹਾਡੇ ਮੁੰਡੇ ਦਾ ਅਸੀਂ ਉਹਨੂੰ ਹੁਣ ਮੋਢੇ ਤੇ ਚੜਾ ਕੇ ਮੈਂ ਉਹਨਾਂ ਨੂੰ ਛੱਡ ਕੇ ਆਵਾ ਐਵੇਂ ਕੰਪਨੀਆਂ ਆਂ ਦੀਆਂ ਓਨਰ ਲੜਕੀ ਇਹਦੀ ਮੈਕਸੀ ਆਵਾਜ਼ ਇੱਕ ਦੋ ਬੰਦੇ ਨੇ ਐ ਬੋਲਦਿਆਂ ਫਿਰ ਅੱਗੇ ਉਹ ਮਾਮਾ ਪੈਣਾ ਦੀਆਂ ਗਾਲਾਂ ਕੱਢਦੀਆਂ ਚੰਗੇ ਮਾਪਿਓ ਇਹਨੂੰ ਕਿ ਤੁਸੀਂ ਕਿਹੜਾ ਚੰਗਾ ਕੰਮ ਕੀਤਾ ਤੁਸੀਂ ਆਹ ਕੀ ਕੀਤਾ ਤੁਸੀਂ ਆਪਣੀ ਕੁੜੀ ਵੇਚੀ ਆ ਉਲਟਾ ਉਹਨਾਂ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆਪਾਂ ਦੱਸਾਂਗੇ ਸਾਰੇ ਲੋਕਾਂ ਨੂੰ ਵੀ ਤੁਸੀਂ ਆਪਣੀ ਕੁੜੀ ਦੇ ਪੈਸੇ ਵਟੇ ਆ ਫਿਰ ਆ ਲੈਵਲ ਆਉਣਾ ਸ਼ੁਰੂ ਹੋ ਜਾਂਦਾ ਪਹਿਲਾਂ ਹੀ ਚੰਗੇ ਪੜ੍ਹੇ ਲਿਖੇ ਜਿਹੜੇ ਇੰਟੈਲੀਜੈਂਟ ਨੇ ਜਾਂ ਜਿਹੜੀ ਕੰਪਨੀਆਂਜ਼ ਨੇ ਉਹਨਾਂ ਕੋਲ ਜਾਓ ਆ ਕਲਾ ਕਲੇਸ਼ ਜਿਹੜਾ ਹੁੰਦਾ ਨਾ ਇਹ ਜ਼ਿੰਦਗੀਆਂ ਖਰਾਬ ਕਰ ਦਿੰਦਾ ਇਹਨਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਸਪਾਊਸ ਵੀਜ਼ਾ ਬਹੁਤ ਧਿਆਨ ਨਾਲ ਅਪਲਾਈ ਕਰਨਾ ਪੈਂਦਾ ਬਹੁਤ ਸਾਇੰਸ ਲਾਉਣੀ ਪੈਂਦੀ ਹੈ ਡੇਟਸ ਚੈੱਕ ਕਰਨੀਆਂ ਪੈਂਦੀਆਂ ਬੱਚੀ ਦਾ ਵੀਜ਼ਾ ਆਈ ਜਾਣਾ ਜਿਹੜਾ ਮੁੰਡਾ ਕੁੜੀ ਨਾਲ ਵਿਆਹ ਕਰਦਾ ਆ ਕੁੜੀ ਦਾ ਪ੍ਰੋਫਾਈਲ ਦੇਖ ਕੇ ਹੀ ਕਰਦਾ ਆ 60% 70% ਮਾਰਕਸ ਹੁੰਦੇ ਆ ਰੀਸੈਂਟ ਪਾਸ ਆਊਟ ਹੁੰਦੀ ਆ ਆਈਲ ਦਿਸ ਬੈਂਡ ਵਧੀਆ ਹੁੰਦਾ ਉਹਦਾ ਆ ਜਾਣਾ ਵੀਜ਼ਾ ਉਹਨੇ ਚਲੀ ਵੀ ਜਾਣਾ ਪ੍ਰੋਬਲਮ ਬੱਚੀ ਦੀ ਨਹੀਂ ਆ ਪ੍ਰੋਬਲਮ ਬੱਚੇ ਦੀ ਆ ਜਿਹਨੇ ਪੈਸੇ ਲਾਏ ਪ੍ਰੋਬਲਮ ਉਹਦੀ ਆ ਜਿਹੜਾ ਜਾ ਨਹੀਂ ਪਾਰਿਆ ਪ੍ਰੋਬਲਮ ਉਹਦੀ ਆ ਜਿਹਨੂੰ ਜਦੋਂ ਬੱਚੀ ਦਾ ਕੇਸ ਅਪਲਾਈ ਕਰਦੇ ਆ ਨਾ ਉਦੋਂ ਹੀ ਅਸੀਂ ਬੇਟੇ ਦਾ ਦੱਸਣਾ ਸ਼ੁਰੂ ਕਰ ਦਿੰਨੇ ਆ ਕਿ 4-6 ਮਹੀਨੇ ਚ ਆਹ ਸਾਰੀਆਂ ਚੀਜ਼ਾਂ ਬਣਾ ਲਓ ਮਤਲਬ ਅਸੀਂ ਕੀ ਕਰਦੇ ਆ ਅਸੀਂ ਜਿਹੜਾ ਸਾਡੇ ਕੋਲ ਸ਼ਾਦੀ ਕਰਕੇ ਆਉਂਦੇ ਆ ਪਹਿਲੀ ਗੱਲ ਇਹ ਕਹੀਦੀ ਆ ਕਿ ਕੰਟਰੈਕਟ ਮੈਰਿਜ ਨਹੀਂ ਹੋਣੀ ਚਾਹੀਦੀ ਚਲੋ ਪਤਾ ਨਹੀਂ ਹੁਣ ਰੱਬ ਜਾਣੇ ਸਾਨੂੰ ਦੱਸ ਦੇ ਨਹੀਂ ਦੱਸਦੇ ਝੂਠ ਬੋਲਦੇ ਆ ਅਸੀਂ ਕਹਿੰਨੇ ਆ ਕਿ ਜੇ ਹੋ ਗਈ ਤਾਂ ਮੇਰੀ ਮੇਰੀ ਪ੍ਰਾਇਓਰਿਟੀ ਕੀ ਹੁੰਦੀ ਆ ਮੇਰੀ ਪ੍ਰਾਇਓਰਿਟੀ ਉਸ ਬੇਟੀ ਦਾ ਵੀਜ਼ਾ ਲੈਣਾ ਨਹੀਂ ਹੁੰਦਾ ਮੇਰੀ ਪ੍ਰਾਇਓਰਿਟੀ ਉਸ ਬੇਟੇ ਦਾ ਵੀਜ਼ਾ ਲੈਣਾ ਹੁੰਦਾ ਮੈਂ ਉਹਦੀ ਕੁੜੀ ਦੀ ਪ੍ਰੋਫਾਈਲ ਛੱਡ ਕੇ ਪਹਿਲਾਂ ਮੁੰਡੇ ਦੀ ਪ੍ਰੋਫਾਈਲ ਚੱਕਦਾ ਕਿ ਭਰਾ ਤੂੰ ਨੂੰ ਤੂੰ ਦੱਸ ਪਹਿਲਾਂ ਤੂੰ ਜਾ ਸਕਦਾ ਕਿ ਨਹੀਂ ਤੂੰ ਇਨਵੈਸਟ ਕਰਨਾ ਆ ਤੂੰ ਤੇਰੀ ਜ਼ਿੰਦਗੀ ਤੇਰੇ ਮਾਪਿਓ ਦੀ ਸਾਰਿਆਂ ਦੀ ਆ ਬਾਅਦ ਵਿੱਚ ਉਹ ਡਿਪਰੈਸ਼ਨ 'ਚ ਮੁੰਡੇ ਜਾਂਦੇ ਆ ਤੇ ਦਵਾਈਆਂ ਖਾਂਦੇ ਆ ਉਹਦੇ ਨਾਲੋਂ ਪਹਿਲਾਂ ਨਹੀਂ ਚੰਗਾ ਕੰਸਲਟੈਂਟ ਲੱਭ ਲੋਗੇ ਵੀਜ਼ਾ ਲਗਵਾ ਹੀ ਲਗਵਾਏ ਰੱਬ ਤਾਂ ਹੁੰਦੇ ਨਹੀਂ ਅਸੀਂ ਹਨਾ ਵੀ 100% ਦੀ ਗਰੰਟੀ ਦਵਾਂਗੇ ਨਾ ਆਪਾਂ ਚੁਟਕੀਆਂ ਮਾਰਦੇ ਆ ਨਾ ਆਪਾਂ ਰੱਬ ਦੇ ਜੁਵਾਈ ਆ ਹਨਾ ਵੀ ਅਸੀਂ ਮੈਂ ਕਹਾਂ ਮੈਂ ਗਰੰਟੀ ਵੀਜ਼ਾ ਲਵਾ ਕੇ ਦਊਗਾ ਗਰੰਟੀ ਤੇ ਦੋ ਲੋਕ ਦੇ ਸਕਦੇ ਆ ਜਾਂ ਗॉड ਦੇ ਸਕਦਾ ਜਾਂ ਫਰਾਡ ਦੇ ਸਕਦਾ ਨਾ ਮੈਂ ਗॉड ਆ ਨਾ ਮੈਂ ਫਰਾਡ ਆ ਸੋ ਇਸ ਲਈ ਗਰੰਟੀ ਗਰੰਟੀ ਨਹੀਂ ਦੇ ਸਕਦਾ ਮੈਂ ਇਹ ਕਹਿ ਸਕਦਾ ਕਿ 100% ਜਾਨ ਮੈਂ ਆਪਣੀ ਮਾਰ ਦਊਗਾ ਗੱਲ ਮਾ ਗੱਲ ਆ ਜਾਂਦੀ ਆ ਕਮ ਕਮਾ ਕੇ ਗੁਰੂ ਰਾਮਦਾਸ ਜੀ ਦੇ ਦਰਤੇ ਕਿ ਵੀਜ਼ਾ ਤਾਂ ਉਹਨਾਂ ਨੇ ਦੇਣਾ ਆਪਾਂ ਹਮੇਸ਼ਾ ਕਹਿੰਦਾ ਮੈਂ ਤਾਂ ਬੱਚੇ ਨੂੰ ਇਹ ਵੀ ਕਹਿਣਾ ਹੁੰਦਾ ਵੀ ਵੀਜ਼ਾ ਪੁੱਤ ਤੇਰਾ ਟੇਡਾ ਵਾ ਅਪਲਾਈ ਕਰਤਾ ਹਰਮੰਦਰ ਸਾਹਿਬ ਮੱਥਾ ਟੇਕ ਗਈ ਅਰਦਾਸ ਤੂੰ ਕਰਿਆ ਇਹ ਅਪਲਾਈ ਮੈਂ ਕਰ ਦੂੰਗਾ ਮੋਹਰ ਉਹ ਲਾਣਗੇ ਪੇਪਰ ਮੈਂ ਭੇਜ ਦੂੰਗਾ ਸਾਰੇ ਸਾਰੇ ਬਟ ਇੱਥੇ ਏਜੰਟ ਖੁਦ ਰੱਬ ਬਣੇ ਹੋਏ ਆ ਛੁਟਕੀਆਂ ਮਾਰ ਕੇ ਕਹਿੰਦੇ ਅਸੀਂ ਵੀਜ਼ਾ ਲਵਾ ਕੇ ਦਵਾਂਗੇ ਨਹੀਂ ਲੱਗਦੇ ਐਵੇਂ ਵੀਜ਼ੇ ਵੀਜ਼ੇ ਲੱਗਦੇ ਆ ਜਿਹੜੇ ਸਹੀ ਤਰੀਕੇ ਨਾਲ ਅਗਰਸੀਂ ਫਾਈਲਿੰਗ ਕਰਦੇ ਆ ਸੋ ਸਪਾਊਸ ਵਾਲੇ ਧਿਆਨ ਰੱਖੋ ਨਾ ਫਸੋ ਲੋਕਾਂ ਕੋਲ ਜਾ ਕੇ